ਉਦਾਸੀਨ ਆਸ਼ਰਮ ਡੇਰਾ ਘੜੂਆਂ ਸਿੱਧ ਸਮਾਧ ਬਾਬਾ ਅਮਰਦਾਸ ਜੀ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਵਿਖੇ ਮਹਾਰਾਜ ਬਾਬਾ ਬ੍ਰਹਮ ਤੇਜ ਜੀ ਦੀ 9ਵੀਂ ਸਲਾਨਾ ਬਰਸੀ ਸੰਤ ਸੇਵਾਦਾਸ ਜੀ ਦੀ 17ਵੀਂ ਦਾ ਭੰਡਾਰਾ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਸ਼੍ਰੀ ਮਾਨ ਮਹੰਤ ਸਰੂਪਾਨੰਦ ਜੀ ਡੇਰਾ ਟੱਪ ਵਾਲੇ, ਮਹੰਤ ਗੋਪਾਲ ਦਾਸ ਜੀ ਰੱਲਾ ਅਤੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਬਸੰਤ ਦਾਸ ਜੀ ਦੇਖਰੇਖ ਹੇਠ ਹੋਏ ਸਮਾਗਮ ਮੌਕੇ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿਚ ਸਾਰਿਆਂ ਨੇ ਪੂਰਨ ਹੋਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਮੋ ਜਿਹੜਾ ਪਾਣੀ ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਸਵਾਮੀ ਪਰਮੇਸ਼ਰਾਨੰਦ ਜੀ ਧੂਰਕੋਟ, ਮਹੰਤ ਕ੍ਰਿਸ਼ਨਦਾਸ ਜੀ ਪੂਲਾ, ਮਹੰਤ ਸਰੂਪਾਨੰਦ ਜੀ ਟੱਪ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਹਿੰਦੇ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਨਮਸਕਾਰਾਂ ਉਹਨਾਂ ਨੂੰ ਹੁੰਦੀਆਂ ਨੇ ਜਿਹੜੇ ਸੰਸਾਰ ਦੇ ਵਿੱਚ ਆ ਕੇ ਆਪ ਵੀ ਮੁਕਤ ਹੋ ਜਾਂਦੇ ਨੇ ਅਤੇ ਹੋਰਾਂ ਨੂੰ ਵੀ ਮੁਕਤ ਕਰ ਦਿੰਦੇ ਨੇ। ਉਹਨਾਂ ਦਾ ਸੰਸਾਰ 'ਤੇ ਆਉਣਾ ਧਨ ਹੈ, ਉਹਨਾਂ ਦਾ ਸੰਸਾਰ ਦੇ ਵਿੱਚ ਵਿਚਰਨਾ ਧਨ ਹੈ, ਸੰਸਾਰ ਦੇ ਵਿੱਚ ਰਹਿਣਾ ਧਨ ਹੈ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਪਰਮਾਤਮਾ ਨੇ ਉਹਨਾਂ ਨੂੰ ਸਾਂਸਾਂ ਦੀ ਪੂੰਜੀ ਦਿੱਤੀ। ਉਹਨੂੰ ਪਰਮਾਤਮਾ ਆਪਣੀ ਸੇਵਾ ਦੇ ਵਿੱਚ ਆਪਣੇ ਸਥਾਨਾਂ ਦੀ ਸੇਵਾ ਕਰਾਉਂਦਾ ਅਤੇ ਸੇਵਾਦਾਰ ਜੀ ਜਿੱਥੇ ਇੱਕ ਸੇਵਾਦਾਰ ਦੇ ਵਜੋਂ ਇਸ ਸਥਾਨ 'ਤੇ ਸੇਵਾ ਕਰਦੇ ਸਨ, ਉੱਥੇ ਉਹ ਵੱਡੇ ਸਾਡੇ ਮਹਾਂਪੁਰਸ਼ਾਂ ਦੇ ਬੜੇ ਲਾਡਲੇ ਸਨ, ਕਿਉਂਕਿ ਸੱਤ ਵਚਨ ਦੇ ਉਹ ਭਾਗੀ ਸਨ। ਕਦੇ ਵੀ ਵੱਡੇ ਮਹਾਰਾਜ ਜੀ ਨੂੰ, ਚਾਹੇ ਬਾਬਾ ਬ੍ਰਹਮਦੇਵ ਜੀ ਹੋਣ ਚਾਹੇ ਉਹਨਾਂ ਦੇ ਗੁਰੂ ਮਹਾਰਾਜ ਜੀ ਹੋਣ, ਕਦੇ ਵੀ ਉਹਨਾਂ ਨੇ ਉਹਨਾਂ ਦੀ ਆਗਿਆ ਤੋਂ ਜੋ ਉਹ ਕਹਿੰਦੇ ਉਹਨੂੰ ਸੱਤ ਕਰਕੇ ਮੰਨਣਾ, ਜੋ ਸੇਵਾ ਉਹਨਾਂ ਨੇ ਲਾਈ ਸਥਾਨ ਦੀ ਉਹ ਸੇਵਾ ਕਰਦੇ ਰਹਿਣਾ, ਕਿਉਂਕਿ ਸੰਤਾਂ ਦਾ ਕਰਮ ਇਹੀ ਹੁੰਦਾ ਸੱਜਣੋ, ਹਮੇਸ਼ਾ ਹੀ ਇਸ ਸਥਾਨ ਦੇ ਲਈ, ਇਸ ਇਲਾਕੇ ਦੇ ਲਈ ਉਹ ਕੁਛ ਨਾ ਕੁਛ ਕਰਦੇ ਰਹੇ ਆ। ਬ੍ਰਹਮ ਲੀਨ ਮਹਾਂਪੁਰਸ਼ਾਂ ਦੀ ਵਰਸੀ, ਸਵਾਮੀ ਤੇਜ ਪ੍ਰਕਾਸ਼ ਜੀ ਮਹਾਰਾਜ ਸੰਤ, ਕਿਉਂਕਿ ਜੀਵਨ ਦੇ ਵਿੱਚ ਸਤਸੰਗਤ ਦਾ ਮਿਲਣਾ ਬਹੁਤ ਜ਼ਰੂਰੀ ਹੈ। ਇਨਸਾਨ ਜਾਂ ਬੁਰੀ ਸੰਗਤ ਕਰਦਾ ਹੈ ਜਾਂ ਚੰਗੀ ਸੰਗਤ ਕਰਦਾ ਹੈ, ਇਹਦਾ ਸੁਭਾਵ ਹੈ ਸੰਗਤ ਇਹ ਕਰੇਗਾ ਹੀ। ਫਿਰ ਗੁਰੂ ਲੋਕਾਂ ਨੇ ਸਾਨੂੰ ਆਦੇਸ਼ ਦਿੱਤਾ ਕਿ ਸੰਗਤ ਜਿਹੜੀ ਹੈ ਉਹ ਗੁਰਮੁਖਾਂ ਦੀ ਕਰਨੀ ਚਾਹੀਦੀ ਹੈ, ਮਹਾਂਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਮਹਾਂਪੁਰਸ਼ਾਂ ਦੀ ਸੰਗਤ ਸੁਖਦਾਈ ਹੋਇਆ ਕਰਦੀ ਹੈ ਔਰ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਹੀ ਜੋ ਇਹ ਜੀਵਨ ਹੈ, ਜੋ ਇਹ ਜ਼ਿੰਦਗੀ ਹੈ, ਇਹਨੂੰ ਜੀਵਨ ਜੀਣੇ ਦੀ ਜੋ ਕਲਾ ਹੈ ਉਹ ਪ੍ਰਾਪਤ ਹੁੰਦੀ ਹੈ। ਸਵਾਮੀ ਤੁਲਸੀਦਾਸ ਜੀ ਕਹਿੰਦੇ ਹੈ, ਸੇਵਾ ਕੋ ਦੋਏ ਭਲੇ ਏਕ ਸੰਤ ਕਰਾਮ, ਰਾਮ ਜੋ ਦਾਤਾ ਮੁਕਤਦਾ ਸੰਤ ਜਪਾਉਂਦੇ ਹਨ। ਸੰਤਾਂ ਦੇ ਇਹ ਆਕਲੀਆ ਪਿੰਡ ਜਿਹੜਾ ਹੈ, ਇਹ ਤਾਂ ਇੱਕ, ਮੈਂ ਤਾਂ ਇਹ ਸਮਝਦਾ ਵੀ ਜੇ ਮੈਂ ਇਹਨੂੰ ਇਲਾਹਾਬਾਦ ਦਾ ਦਰਜਾ ਦੇਦਾ ਤਾਂ ਇਹ ਕੋਈ ਅਣਕਥ ਨਹੀਂ ਕਰਨੀ। ਮੈਂ ਕੱਲ੍ਹ ਵੀ ਇੱਥੇ ਗੱਲ ਕਰਦਾ ਸੀ, ਸਵੇਰੇ ਸਵੇਰੇ ਸੱਤ ਕਾਜ਼ੀ ਫਿਰਦੇ ਹੁੰਦੇ ਆ ਇਸ ਪਿੰਡ 'ਚ,
तीन चार डेरे हैं, तीन चार गुरुद्वारे है, मस्जिद है, मंदिर है। कल मैं सवेरे आया, मेरे नाल एक उतों बठिंडों में एक वकील नूं लिया, मैं कहा तैनूं घुमा लिया। वो जाने वेले मैनूं कहिंदा महाराज आखलिए लोग मैं देखा भी डेरे जाके सेवा बहुत करते, होर अपने डेरे च होर मैं कहिंदा भी डेरे च आम जाना ही रहना थोड़े नाल, मैं इन्ने लोग कितने सेवा करते रहते। कुछ सेवा महाराज श्री का ये उन्हां दी कृपा है जिहड़ी तुसीं लोग सेवा करदे हो। समागम विच महंत चरणपुरी जी पखो, महंत सतनाम दास जी धनौरी, महंत मुरारी दास जी सद्दोवाल, महंत सतपाल दास जी कोटली, महंत मखण मुनि जी डेरा करीपो डुम, महंत धर्म मुनि जी चनीर, महंत गुरमेल दास जी पखड़ियाल, महंत बलदेव दास जी सुखना, महंत पुरशोत्तम दास जी रामचाड़ी, महंत रतन दास जी डेरा थेवाला जखेपल, महंत लखविंदर दास जी खीवा, महंत शंभू दास जी कोटदुना, महामंडलेश्वर डॉक्टर स्वामी चंद्रमुनि जी शेरों, महंत चरण दास जी हसू, महंत हरवंस दास जी जगाराम तीरथ, महंत रामदास जी नमोल, महंत सदेव मुनि जी मानसा, महंत बूटा दास जी टालिया, महंत रवि प्रकाश जी कोटदुना, महंत बसंत मुनि जी मानसा, महंत मगर दास जी खुडी, पंडित केवल कृष्ण जी हंडियाया, स्वामी किशन गिर जी नमोल, महंत भूमानंद जी रापुर, महंत दर्शन मुनि जी भीखी, श्री महंत रामनारायण गिर जी रामपुरा, सैकटरी संगम मालवा मंडल, सेवादार जसपाल सिंह पखो, सेवादार बाबा मस्तराम जी अकड़िया, बाबा आत्म प्रकाश जी निम्बाला डेरा, संत मनोहर दास जी मानसा, महंत गंगा दास जी डेरा बागवाला भी हाजिर सन। भोग पैण उपरंत सरबादे भले लई अरदास बेनती भी कीतियां गईयां अते हुक्मनामे भी लए गए। राख के भरोसा साडे रिपोर्टर गौरवगढ़ शेरपुर नाल गलबात करदे आ। महंत चरणपुरी जी पखो कला अते महंत बसंत दास जी अकलिया ने अपने विचार रखे। परम सतकार योग गुरु प्यारी साध संगत जी, साडे बहुत ही सतकार योग श्री मान संत बाबा बरमलीन बाबा सेवादास जी महाराज 40 साल तो इस डेरा उदासीन आश्रम डेरा कड़ूआ पिंड अकलिया की सेवा करते हुए, डाली की सेवा, भंडारी की सेवा, महापुरशां की सेवा बहुत ही तन मन दे नाल करदे होए, सो मिती 10/11/2018 नूं अपना पंच भौतिक शरीर त्याग के गुरु महाराज के चरणों के विच जा विराजे हन। उन्हां दी 17वीं नूं मुख रखदिया होया गुरु महाराज की पवित्र बाणी के श्री अखंड पाठ साहिब के भोग पाए गए और गरुड़ पुराण जी के भोग पाए गए, तो दूसरा साडे गुरुदेव ब्रह्मलीन संत स्वामी बाबा ब्रह्म तेज जी महाराज उन्हां दी 9वीं बरसी के संबंध के आदि श्री गुरु ग्रंथ साहिब जी के श्री अखंड पाठ साहिब जी के भोग पाए गए। भोग तो उपरांत पहुँचे हुए संत महंत नांगे निर्माण मंडलेश्वर महामंडलेश्वर संत महंत सारे ही संतां महंतां दा महापुरशां दा पिंड अकलिया समूह सिख सेवकां वल्लों बसंतदास जी वालों सारे नगर निवासियों वालों भोग ते पहुँचे हुए संतां महापुरशां दा तहे दिलों धन्नवाद करदे हाँ, जिन्हां ने महापुरशां दी अंतम अरदास दे विच श्रद्धांजलि दित्ती, इस डेरे दे विच आ के चरण पाए। सारे ही संतां महापुरशां दा समूह डेरा निवासी सिख संगतां पिंड अकलिया वालों तहे दिलों धन्नवाद किया जाता है और धन्नवाद किया जाता है समूह नगर निवासियों का, नगर पंचायतों का, दूर दुरांडे तो आईया संगतां दा जिन्हां ने भोग दे समय ते आ के अपने कीमती समयां नूं संकोचदे होए हाजरियां लवाईयां। सारियां संगतां दा डेरा दी संगत वल्लों संत महापुरशां वल्लों बहुत बहुत धन्नवाद जी आया। बोल जगतगुरु श्री चंद्र भगवान की जय। मौके दे गद्दी नशीन महंत बसंत दास जी
ਜੋ ਕਿ ਡੇਰੇ ਦੀ ਬਹੁਤ ਤਨ ਮਨ ਦੇ ਨਾਲ ਸੇਵਾ ਨਿਭਾ ਰਹੇ ਹਨ। ਸੋ ਅਸੀਂ ਇਸ ਮੌਕੇ 'ਤੇ ਪਹੁੰਚੇ ਹੋਏ ਸਮੂਹ ਸੰਤ ਮਹੰਤ ਨਾਗੇ ਨਿਰਵਾਣ ਸੇਵਕ ਜਨ ਨਗਰ ਨਿਵਾਸੀ ਦੂਰੋਂ ਨੇੜੇ ਪਹੁੰਚੀਆਂ ਹੋਈਆਂ ਨਗਰ ਪੰਚਾਇਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਸ ਮੌਕੇ 'ਤੇ ਪਹੁੰਚ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਅਤੇ ਇਸ ਮੌਕੇ ਦੀਆਂ ਰੌਣਕਾਂ ਵਧਾਈਆਂ। ਸੋ ਸਭ ਦਾ ਬਹੁਤ ਬਹੁਤ ਧੰਨਵਾਦ। ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹੰਤ ਬਸੰਤ ਦਾਸ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36300